ਹੈਲੋ एवरीवन ਵੈਲਕਮ ਟੂ ਸਟ੍ਰੇ ਸ਼ੋਕਰ ਸੇਲਸ ਰਾਈ ਬਿਕਮਸ ਈਜ਼ੀਅਰ ਸੋ ਜਿਵੇਂ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ ਜੀ ਈਵੀਡਬਲਯੂਐਸ ਓਪਨ ਤੇ ਅਦਰ ਕੈਟੇਗਰੀਜ਼ ਆਪਾਂ ਲਿਖੀਆਂ ਹੋਈਆਂ ਨੇ ਤੇ ਤੁਹਾਨੂੰ ਯਾਦ ਹੋਏਗਾ ਜੀ ਇੱਕ ਸਾਲ ਪਹਿਲਾਂ ਜਿਹੜੀ ਹੈ 3234 3704 ਜਦੋਂ ਪੋਸਟ ਆਊਟ ਹੋਈਆਂ ਸੀ ਤਾਂ ਉਦੋਂ ਵੀ ਕੈਂਡੀਡੇਟਸ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਸੀ ਕਿ ਓਪਨ ਕਿਸ ਤਰ੍ਹਾਂ ਲੱਗ ਤੋਂ ਬਨੇਗੀ ਅਦਰ ਕੈਟੇਗਰੀਜ਼ ਨੂੰ ਕਿਸ ਤਰ੍ਹਾਂ ਜਿਹੜੇ ਕੈਂਡੀਡੇਟਸ ਨੂੰ ਜੋ ਜਿਹੜੀ ਹੈ ਉਹ ਮਿਲੇਗੀ ਜਾਂ ਸਕਰੂਟ ਨਹੀਂ ਹੋਏਗੀ ਸੋ ਉਦੋਂ ਵੀ ਆਪਾਂ ਇਸੇ ਤਰ੍ਹਾਂ ਬਾਕਸੇ ਬਣਾ ਕੇ ਸਾਲ ਪਹਿਲਾਂ ਇੱਕ ਵੀਡੀਓ ਬਣਾਈ ਸੀ ਅਗਰ ਕੋਈ ਪੁਰਾਣਾ ਸਬਸਕ੍ਰਾਈਬਰ ਹੋਏਗਾ ਤਾਂ ਉਸਨੂੰ ਜ਼ਰੂਰ ਯਾਦ ਹੋਏਗਾ ਆਪਾਂ ਇਹ ਚੀਜ਼ ਕਲੀਅਰ ਕੀਤੀ ਸੀ ਕਿ ਕਿ ਕਿਸ ਤਰ੍ਹਾਂ ਅਗਰ ਤੁਹਾਡਾ ਨਾਮ ਓਪਨ ਦੇ ਵਿੱਚ ਨਹੀਂ ਆਉਂਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਿਹੜੇ ਉਡੀ ਆਪਣੀ ਕੈਟਾਗਰੀ ਦੇ ਵਿੱਚ ਤੁਹਾਨੂੰ ਜੋਬ ਮਿਲ ਜਾਏਗੀ ਉਸ ਟਾਈਮ ਵੀ ਕੈਂਡੀਡੇਟਸ ਦੇ ਮਨ ਦੇ ਵਿੱਚ ਕਾਫੀ ਡਾਊਟ ਸੀ ਕਿ ਅਗਰ ਉਹ ਓਪਨ ਦੇ ਵਿੱਚ ਲੈਂਦੇ ਆ ਜਾਂ ਉਹਨਾਂ ਦਾ ਨਾਮ ਓਪਨ ਦੇ ਵਿੱਚ ਆਇਆ ਹੈ ਅਗਰ ਉਹਨਾਂ ਦੀ ਸਿਲੈਕਸ਼ਨ ਓਪਨ ਦੇ ਵਿੱਚ ਨਹੀਂ ਹੁੰਦੀ ਕਿ ਉਹ ਬਾਹਰ ਹੋ ਜਾਣਗੇ ਨਹੀਂ ਉਹ ਆਪਣੀ ਕੈਟਾਗਰੀ ਦੇ ਵਿੱਚ ਸ਼ਿਫਟ ਹੋ ਜਾਣਗੇ ਇਦਾਂ ਨਹੀਂ ਹੁੰਦਾ ਕਿ ਉਹ ਬਾਹਰ ਹੋ ਜਾਣਗੇ ਹਾਈ ਮੈਰਿਟ ਨੂੰ ਕਦੀ ਵੀ ਇਸ ਤਰ੍ਹਾਂ ਬਾਹਰ ਨਹੀਂ ਕੀਤਾ ਜਾਂਦਾ ਸੋ ਦੋ ਚੀਜ਼ ਕਲੀਅਰ ਕੀਤੀ ਸੀ ਤੇ ਹੁਣ ਰੋਲਾ ਜਿਹੜਾ ਹੈ ਉਹ ایਡਬਲਿਊਐਸ ਨੂੰ ਲੈ ਕੇ ਪਿਆ ਹੋਇਆ ਇਸ ਨੂੰ ਆਪਾਂ ਹੁਣ ਕਲੀਅਰ ਕਰਨ ਲਈ ਸੇਮ ਉਸੇ ਟਾਈਪ ਦੀ ਜਿਹੜੀ ਐਗਜ਼ਾਮਪਲ ਆਪਾਂ ਲੈ ਕੇ ਆਏ ਆਂ ਜਾਂ ਜੀ ਰੋਲਾ ਹੈ ਵਾਰ ਜਿਹੜਾ ਉਹਨਾਂ ਤੋਂ ਭਰਵਾਇਆ ਗਿਆ ਕੈਟਾਗਰੀਜ਼ ਜਿਹੜੀਆਂ ਕਈ ਕੈਟਾਗਰੀਜ਼ ਦੇ थ्रू ਭਰਿਆ ਕੈਂਡੀਡੇਟਸ ਨੇ ای ਡਬਲਯੂ ਐਸ ਨੇ ਵੀ ਜਿਹੜਾ ਦੋ ਕੈਟਾਗਰੀਜ਼ ਦੇ ਵਿੱਚ ਆਪਣਾ ਭਰਿਆ ਹੋਇਆ ਇੱਕ ਜਰਨਲ ਦੇ ਵਿੱਚ ਤੇ ਇੱਕ ਐਜ਼ ਆਈ ਡਬਲਯੂ ਐਸ ਇਸੇ ਤਰ੍ਹਾਂ ਬਾਕੀ ਕੈਂਡੀਡੇਟਸ ਨੇ ਬਾਕੀ ਕੈਟਾਗਰੀਜ਼ ਵਾਲੇ ਕੈਂਡੀਡੇਟਸ ਨੇ ਭਰਿਆ ਹੋਇਆ ای ਡਬਲਯੂ ਐਸ ਨੂੰ ਲੈ ਕੇ ਜਿਹੜੀ ਗੱਲ ਆਪਾਂ ਕਲੀਅਰ ਕਰਨ ਲੱਗੇ ਹਾਂ ਜਿੰਨੀ ਕ ਆਪਣੀ ਸਮਝ ਹੈ ਆਪਣੀ ਬੈਸਟ ਆਫ ਦਿ ਨੋਲੇਜ ਦੇ ਅਕੋਰਡਿੰਗ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣ ਵਾਲੀਆਂ ਅਗਰ ਫਿਰ ਵੀ ਕਿਤੇ ਗਲਤੀ ਜਾਂ ਮਿਸਟੇਕ ਹੋਵੇ ਤਾਂ ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ ਉਹਦੇ ਲਈ ਪ ਦੇਖੋ ای ڈبلیو ایس ਜਿਹੜੀ ਹੈ ਪਹਿਲਾਂ ਆਪਾਂ ਵੈਕੈਂਸੀਜ਼ ਦੀ ਜਿਹੜੀ ਆ ਉਹ ਵੰਡ ਕਰ ਲੈਨੇ ਆ ਫੋਰ ਐਗਜ਼ਾਮਪਲ ਟੋਟਲ ਵੈਕੈਂਸੀਜ਼ ਆਪਾਂ 100 ਲੈ ਲੈਨੇ ਆ ਕਿਉਂਕਿ ਸਮਝਣ ਦੇ ਵਿੱਚ ਇਜ਼ੀ ਰਹਿੰਦਾ ਸੋ 50 50 ਜਿਹੜੀ ਆਪਾਂ ਇਹਦੀ ਵੰਡ ਕਰ ਲੈਨੇ ਆ ਕਿ 50 ਓਪਨ ਦੇ ਵਿੱਚ ਤੇ 50 ਅਦਰ ਕੈਟਾਗਰੀਜ਼ ਦੇ ਵਿੱਚ ਉਸ 50 ਦੇ ਵਿੱਚੋਂ ਜੋ ਓਪਨ ਦੇ ਵਿੱਚ ਸਿਗੀਆਂ ਯਾਨੀ ਕਿ ਜਨਰਲ ਦੀਆਂ ਜੋ 50 ਪੋਸਟਾਂ ਸੀ ਉਹਦੇ ਵਿੱਚੋਂ 10 ਗਾਲ ਕੀ ای ڈبلیو ایس ਨੂੰ ਦੇ ਦਿੱਤੀਆਂ ਗਈਆਂ ਸੋ ਹੁਣ ای ਡਬਲਯੂ ایس ਯਾ ਹੈਗੀਆਂ ਨੇ ਜੇ 10 ਓਪਨ ਦੀਆਂ 40 ਤੇ ਅਦਰ ਕੈਟਾਗਰੀਜ਼ ਦੀਆਂ 50 ਇੱਥੇ ਹਲੇ ਤੱਕ ਕੋਈ ਵੀ ਜਿਹੜੀ ਦਿੱ ਜਿਨ੍ਹਾਂ ਨੂੰ ਇਹਦੇ ਵਿੱਚ ਦਿੱਕਤ ਹੈ ਕਿ ਅਗਰ ਉਹ ਓਪਨ ਦੇ ਵਿੱਚ ਲੈਂਦੇ ਆ ਉਹ ਸਕਰੂਟੀਨੀ ਕਰਵਾਉਂਦੇ ਆ ਤੇ ਅਗਰ ਉਹਨਾਂ ਦਾ ਸਿਲੈਕਸ਼ਨ ਜਿਹੜੀ ਓਪਨ ਦੇ ਵਿੱਚ ਨਹੀਂ ਹੋਈ ਤਾਂ ਕੀ ਉਹ ਬਾਹਰ ਹੋ ਜਾਣਗੇ ਨਹੀਂ ਉਹ ਵਾਪਸ ਆਪਣੀ ਜਿਹੜੀ ਹੈ ਆਪਣੀ ਇੱਥੋਂ ਨਿਕਲ ਕੇ ਆਪਣੀ ক্যাਟਾਗਰੀ ਦੇ ਵਿੱਚ ਸ਼ਿਫਟ ਹੋ ਜਾਣਗੇ ਉਹਨਾਂ ਨੂੰ ਆਪਣੀ ক্যাਟਾਗਰੀ ਦੇ ਵਿੱਚ ਜੋਬ ਮਿਲੇਗੀ ਤਾਂ ਉਹ ਚੀਜ਼ ਜਿਹੜੀ ਇੱਥੇ ਇਹਨਾਂ ਦੀ ਕਲੀਅਰ ਹੈ ਈਡਬਲਯੂ ਜੇਕਰ ਆਪਾਂ ਗੱਲ ਕਰੀਏ ਤਾਂ ਇੱਥੇ ਇਹਨਾਂ ਨੂੰ ਇਹ ਰੋਲਾ ਹੈ ਕਿ ਅਸੀਂ ਐਜ਼ ਅ ਈਡਬਲਯੂ ਐਸ ਜਿਹੜਾ ਜਾਈਏ ਜਾਂ ਫਿਰ ਐਜ਼ ਅ ਓਪਨ ਐਜ਼ ਅ ਜਨਰਲ ਜਾਈਏ ਦੇਖੋ ਦੋਨੋਂ ਹੀ ਮੁੱਦਿਆਂ ਦੇ ਮੁਤਾਬਿਕ ਆਪਾਂ ਗੱਲ ਕਰਾਂਗੇ ਕਿ ਅਗਰ ਤੁਸੀਂ ਐਜ਼ ਅ ਜਨਰਲ ਜਾਂਦੇ ਹੋ ਤਾਂ ਕੀ ਕਹਾਣੀ ਹੈ ਅਗਰ ਤੁਸੀਂ ਐਜ਼ ਅ ایਡਬਲਯੂਐਸ ਜਾਂਦੇ ਹੋ ਤਾਂ ਕੀ ਕਹਾਣੀ ਹੈ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਗੱਲ ਕਰਦੇ ਹਾਂ ਕਿ ਅਗਰ ایਡਬਲਯੂਐਸ ਵਾਲਾ ਕੈਂਡੀਡੇਟ ਜੀਡੀ ਸਕਰੂਟੀ ਜਾਂ ਜਿਹਦੇ ਹਾਈएस्ट ਨੰਬਰ ਨੇ ਉਹ ਅਗਰ ਓਪਨ ਦੇ ਵਿੱਚ ਜਾਂਦਾ ਹੈ ਐਜ਼ ਅ ਜਨਰਲ ਜਾਂਦਾ ਹੈ ਆਪਣੀ ਜਿਹੜੀ ਪੋਸਟ ਹੈ ਆਪਣੀ ਸੀਟ ਹੈ ਉਹ ਐਜ਼ ਅ ਜਨਰਲ ਲੈਂਦਾ ਹੈ ਤਾਂ ਉਹਨੂੰ ਕੀ ਕਹਾਣੀ ਹੋਏਗੀ ਦੇਖੋ ਮੰਨ ਲਓ ਮੰਨ ਲਓ ਜਿਹੜੇ ਆ ਪੰਜ ਕੈਂਡੀਡੇਟਸ ਨੇ ਉੱਪਰਲੇ ਆ ਪੰਜ ਕੈਂਡੀਡੇਟਸ ਨੇ ਇਹਨਾਂ ਦੇ ਨੰਬਰ ਹੈਗੇ ਨੇ ਜੀ ਜ਼ਿਆਦਾ ਤੇ ਇਹ ਜਿਹੜੇ ਆ ਓਪਨ ਦੇ ਵਿੱਚ ਕਨਸੀਡਰ ਹੋ ਚੁੱਕੇ ਨੇ ਤੇ ਇਹ ਹੁਣ ਇਹਨਾਂ ਨੂੰ ਡਾਊਟ ਹੈ ਕਿ ਅਸੀਂ ਜਿਹੜੇ ਹੈ ਉਹ ਐਜ਼ ਅ ਜਰਨਲ ਲਈਏ ਜਾਂ ਐਜ਼ ਅ ਈਡਬਲਿਊਐਸ ਲਈਏ ਤਾਂ ਪਹਿਲਾ ਗੱਲ ਕਰਨੀ ਹੈ ਕਿ ਮੰਨ ਲਓ ਇਹ ਜਿਹੜੇ ਪੰਜ ਜਾਨੇ ਨੇ ਉਹ ਐਜ਼ ਅ ਜਰਨਲ ਲੈਂਦੇ ਨੇ ਐਜ਼ ਅ ਜਰਨਲ ਐਜ਼ ਅ ਓਪਨ ਦੇ ਵਿੱਚ ਐਜ਼ ਅ ਜਰਨਲ ਜਾਂਦੇ ਨੇ ਤੇ ਇਹ ਪੰਜ ਜਾਨੇ ਜਿਹੜੇ ਆ ਓਪਨ ਦੇ ਵਿੱਚ ਚਲੇ ਗਏ ਆਪਣੀ ਸੀਟ ਇਹਨਾਂ ਨੇ ਲੈ ਲਈ ਮੰਨ ਲਓ ਇਹਦੇ ਵਿੱਚ ਪੰਜ ਨਾਲੇ ਤਾਂ ਈਡਬਲਿਊਐਸ ਦੇ ਆਗੇ ਤੇ ਬਾਕੀ ਜਿੰਨੀਆਂ ਵੀ ਹੋਰ ਕੈਟੇਗਰੀਆਂ ਸੀ ਉਹਨਾਂ ਸਾਰਿਆਂ ਦੇ ਜਿਹੜੇ ਕੈਂਡੀਡੇਟਸ ਨੇ ਉਹ 35 ਕੈਂਡੀਡੇਟਸ ਬਾਕੀ ਅਦਰਸ ਦੇ ਆ ਗਏ ਨੇ ਇਹਦੇ ਵਿੱਚ ਤਾਂ ਇਹ 40 ਸੀਟਾਂ ਜਿਹੜੀਆਂ ਨੇ ਇੱਥੇ ਫਿਲ ਹੋ ਗਈਆਂ ਹਨ ਈਡਬਲਯੂਐਸ ਦੇ ਵਿੱਚੋਂ ਜਿਹੜੇ ਆ ਪੰਜ ਜਾਨੇ ਨਿਕਲ ਗਏ ਇਹ ਕਿਵੇਂ ਨਿਕਲੇ ਨੇ ਇਹ ਐਜ਼ ਅ ਜਰਨਲ ਨਿਕਲੇ ਨੇ ਤੇ ਇਹ ਐਜ਼ ਅ ਜਨਰਲ ਜਿਹੜੀਆਂ ਇੱਥੋਂ ਨਿਕਲ ਗਏ ਨੇ ਹੁਣ ਇੱਥੇ ਜਿਹੜੀਆਂ ਸੀਟਾਂ 10 ਰਹਿ ਗਈਆਂ ਨੇ 10 ਸੀਟਾਂ ਨੇ ਉਹ ਹਲੇ ਵੀ ਇੱਥੇ ਖਾਲੀ ਹੀ ਮੰਨੀਆਂ ਜਾਣੀਆਂ ਕਿਉਂ ਇਹ ਪੰਜ ਸੀਟਾਂ ਖਾਲੀ ਹੀ ਮੰਨੀਆਂ ਜਾਣਗੀਆਂ ਨਾਲੇ ਪੰਜ ਸਿੱਟੇ ਤਾਂ ਪਈਆਂ ਹੀ ਪਈਆਂ ਨਹੀਂ ای ਡਬਲਯੂ ਐਸ ਦੀਆਂ ਇਹ ਐਜ਼ ਅ ای ਡਬਲਯੂ ਐਸ ਇਹ ਸਿੱਟਾਂ ਖਾਲੀ ਮੰਨੀਆਂ ਜਾਣਗੀਆਂ ਕਿਉਂ ਕਿ ਇਹ ਪੰਜ ਜਣੇ ਐਜ਼ ਅ ای ਡਬਲਯੂ ਐਸ ਇਹਨਾਂ ਨੇ ਹਲੇ ਤੱਕ ਸੀਟ ਨਹੀਂ ਲਈ ਹਲੇ ਤੱਕ ਇਹਨਾਂ ਦੀ ਸਿਲੈਕਸ਼ਨ ਐਜ਼ ਅ ای ਡਬਲਯੂ ਐਸ ਨਹੀਂ ਹੋਈ ਅਗਰ ਭਰਤੀ ਸ਼ੋ ਹੋਏਗੀ ਉਹਦੇ ਵਿੱਚ ਇਹ ਨਹੀਂ ਹੋਏਗਾ ਕਿ ਪੰਜ ਜਣੇ ای ਡਬਲਯੂ ਐਸ ਦੇ ਭਰੇ ਗਏ ਉਹਦੇ ਵਿੱਚ ਇਹ ਸ਼ੋ ਹੋਏਗਾ ਕਿ ਪੰਜ ਜਣੇ ਜਰਨਲ ਦੇ ਭਰੇ ਗਏ ਕਿਉਂਕਿ ਇਹ ਵੀ ਇੱਥੇ ਜਾ ਕੇ ਫਿਰ ਜਰਨਲ ਹੀ ਕਨਸੀਡਰ ਹੋਣਗੇ ਇਹ ਇੱਥੇ ਐਜ਼ ਅ ਡਬਲਯੂ ਐਸ ਕਨਸੀਡਰ ਨਹੀਂ ਹੋਣਗੇ ਅਗਰ ਇਹ ਇੱਥੋਂ ਐਜ਼ ਅ ਜਰਨਲ ਜਾਂਦੇ ਨੇ ਤਾਂ 40 ਜਿਹੜੇ ਕੈਂਡੀਡੇਟ ਨੇ ਉੱਪਰ ਇਹ ਗਏ ਲੇਕਿਨ ਹਰ ਹ ਤੱਕ EWS ਦੇ ਕੈਂਡੀਡੇਟ ਕੋਈ ਵੀ ਨਹੀਂ ਭਰੇ ਗਿਆ ਸੋ EWS ਦੀਆਂ 10 ਦੀਆਂ 10 ਸੀਟਾਂ ਇੱਥੇ ਖਾਲੀ ਪਈਆਂ ਨੇ ਇਹ ਪੰਜ ਜਾਨਿਆਂ ਨੂੰ ਤਾਂ ਐਜ਼ ਅ ਜਨਰਲ ਸੀਟ ਮਿਲੀ ਹੀ ਗਈ ਹੋਰ EWS ਦੇ ਕੈਂਡੀਡੇਟਸ ਬੁਲਾਏ ਜਾਣਗੇ ਤੇ ਇੱਥੇ 10 ਸੀਟਾਂ ਜਿਹੜੀਆਂ ਨੇ ਉਹ ਭਰੀਆਂ ਜਾਣਗੀਆਂ ਇੱਕ ਤਰੀਕੇ ਨਾਲ ਇਹ ਹੋ ਗਿਆ ਜੀ ਕਿ EWS ਦੇ ਪੰਜ ਜਾਨਿਆਂ ਨੂੰ ਇੱਥੇ ਜਿਹੜਾ ਉਹ ਥੋੜਾ ਐਕਸਟਰਾ ਫਾਇਦਾ ਹੋਏਗਾ ਕਿ ਪੰਜ ਜਾਨੇ ਹੋਰ ਇਹਦੇ ਵਿੱਚ ਲੱਗ ਜਾਣਗੇ ਐਜ਼ ਅ EWS ਅਗਰ ਇਹ ਪੰਜ ਜਾਨੇ ਉੱਪਰ ਐਜ਼ ਅ ਜਨਰਲ ਜਾਂਦੇ ਨੇ ਤਾਂ ਇਹ ਵਾਲੇ ਜਿਹੜੇ ਨੇ ਇਹ ਪੰਜ ਇੱਥੇ ਟੋਟਲ ਜਿਹੜੀਆਂ 10 ਪੋਸਟਾਂ ਨੇ ਉਹ ਹੋਰ EWS ਦੇ ਨਾਲ ਭਰੀਆਂ ਜਾਣਗੀਆਂ ਤੇ ਇੱਥੇ ਹੋਰ ਜਿਹੜੀਆਂ 10 ਪੋਸਟਾਂ ਨੂੰ EWS ਦੇ ਭਰੀਆਂ ਜਾਣਗੀਆਂ ਜਿਹਦੇ ਵਿੱਚ ਆਹ ਆਹ ਪੰਜ ਤਾਂ EWS ਤੇ ਭਰੀਆਂ ਜਾਣੀਆਂ ਹੀ ਸੀ ਨਾਲ ਪੰਜ ਜਿਹੜੇ ਨੇ ਹੋਰ EWS ਦੇ ਕੈਂਡੀਡੇਟਸ ਪਰੇ ਜਾਣਗੇ ਸੋ ਇੱਥੇ ਓਵਰਆਲ ਜਿਹੜਾ ਫਾਇਦਾ ਸਿਰਫ ਪੰਜ ਕੈਂਡੀਡੇਟਸ ਦਾ ਹੋ ਗਿਆ ਕਿ ਇੱਥੇ ਜਿਹੜੀਆਂ ਹੋਰ EWS ਦੇ ਕੈਂਡੀਡੇਟਸ ਜਿਹੜੇ ਇੱਥੇ ਆ ਜਾਣਗੇ ਮਤਲਬ ਜਿੰਨੇ ਕੈਂਡੀਡੇਟਸ ਇੱਥੋਂ ਐਜ਼ ਅ ਜਰਨਲ ਸੀਟ ਲੈਂਦੇ ਨੇ ਓਪਨ ਦੇ ਵਿੱਚ ਉਨੇ ਹੀ ਕੈਂਡੀਡੇਟਸ EWS ਦੇ ਇੱਥੇ ਹੋਰ ਆਪਣੀ ਪੋਸਟ ਦੇ ਵਿੱਚ ਲੱਗ ਸਕਦੇ ਨੇ ਬਸ ਇੰਨੀ ਗੱਲ ਹੈ ਅਗਰ ਉਹ ਐਜ਼ ਅ ਜਰਨਲ ਜਾਣਦੇ ਨੇ ਤਾਂ ਆਈ ਥਿੰਕ ਇਹ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਏਗੀ ਅਗਰ ਐਜ਼ ਅ ਜਰਨਲ ਸੀਟ ਲੈਂਦੇ ਨੇ ਤਾਂ ਪੂਰੀ ਭਰਤੀ ਦੇ ਵਿੱਚ ਦੇਖਣ ਦੇ ਵਿੱਚ ਇਹ ਆਏਗਾ ਕਿ ਐਜ਼ ਅ ਜਰਨਲ ਹੀ ਸੀਟ ਉਹਨਾਂ ਨੂੰ ਮਿਲੀ ਹੈ ਹਾਲੇ ਤੱਕ ਕੀ EWS ਦੇ 10 ਦੇ 10 ਸੀਟਾਂ ਖਾਲੀ ਨੇ ਕੀ EWS ਦੇ 10 ਦੇ 10 ਸੀਟਾਂ ਭਰੀਆਂ ਜਾਣਗੀਆਂ ਤੇ ਇੱਥੇ ਜਿਹੜੇ ਆ ਉਹ ਪੰਜ ਜਣੇ ਹੋਰ ਐਕਸਟਰਾ ਜਿਹੜੇ ਆ ইਡਬਲਯੂਐਸ ਦੇ ਲੱਗ ਜਾਣਗੇ ਇਸੇ ਲਈ ਬਾਰ-ਬਾਰ ਕਿਹਾ ਜਾਂਦਾ ਹੈ ਕਿ ਤੁਸੀਂ ਜਿਹੜੀ ਸੀਟ ਹੈ ਅਗਰ ਤੁਹਾਡਾ ਨੰਬਰ ਇੱਥੇ ਲੱਗ ਰਿਹਾ ਹੈ ਤਾਂ ਐਜ਼ ਆ ਜਨਰਲ ਹੀ ਸੀਟ ਲਓ ਤਾਂ ਕਿ ਤੁਹਾਡੇ ਹੋਰ ইডਬਲਯੂਐਸ ਸਾਥੀ ਜਿਹੜੇ ਨੇ ਉਹਨੇ ਹੀ ਇੱਥੇ ਭਰਤੀ ਦੇ ਵਿੱਚ ਹੋਰ ਲੱਗ ਸਕਣ ਹੋਰ ਕਿਸੇ ਨੂੰ ਇਸ ਦੇ ਵਿੱਚ ਕੋਈ ਨੁਕਸਾਨ ਜਾਂ ਕੋਈ ਫਾਇਦਾ ਇਹਦੇ ਵਿੱਚ ਨਹੀਂ ਆ ਬਸ ਫਾਇਦਾ ਇਹ ਨਹੀਂ ਆ ਕਿ ইਡਬਲਯੂਐਸ ਦੇ ਚਾਰ ਸਾਥੀ ਪੰਜ ਸਾਥੀ ਜਿਹੜੇ ਆ ਉਹ ਹੋਰ ਇਹਦੇ ਵਿੱਚ ਲੱਗ ਜਾਣਗੇ ਹਾਂਜੀ ਇਹ ਆਪਾਂ ইਡਬਲਯੂਐਸ ਦਾ ਖਾਣਾ ਬਣਾ ਲਏ ਨੇ ਆ ਤੇ ਇਹ ਹੈਗਾ ਆਪਣਾ ਓਪਨ ਦਾ ਓਪਨ ਦੇ ਵਿੱਚ ਉਹ ਕਿਸ ਤਰ੍ਹਾਂ ਬਨ ਕੇ ਬੈਠਦੇ ਆ ਉਹ ਪੰਜ ਜਿਹੜੇ ਕੈਂਡੀਡੇਟਸ ਨੇ ਅਗਰ ਉਹ ਪੰਜ ਜਰਨਲ ਬਨ ਕੇ ਬੈਠਣਗੇ ਤਾਂ ਇਹ ਆਪਾਂ ਕਹਾਂਗੇ ਕਿ ਇਹ ਖਾਨਾ ਤਾਂ ਹਲੇ ਪੂਰਾ ਦਾ ਪੂਰਾ ਖਾ ਲੀਏ 10 ਜਾਨੇ ਜਿਹੜੇ ਐ ਇੱਥੇ ਹੋਰ ਪਰੋ ਮੰਨ ਲਓ ਇੱਥੇ ਜਿਹੜੇ ਹੈਗੇ ਆ 3 4 5 6 7 8 9 10 ਤੇ ਮੰਨ ਲਓ ਪਿੱਛੇ ਜਿਹੜੇ ਨੇ ਹੋਰ ਨੇ ਲਾਈਨ ਦੇ ਵਿੱਚ ਲੱਗੇ ਹੋਏ ਸਕਰੂਟੀ ਪ੍ਰੋਸੈਸ 'ਚ ਲੱਗੇ ਹੋਏ ਅਗਰ ਇਹ ਪਹਿਲੇ ਪੰਜ ਜਾਨੇ ਨੇ ਜਿਹੜੇ ਆ ਪਹਿਲੇ ਪੰਜ ਨੇ ਇਹ ਐਜ਼ ਅ ਜਰਨਲ ਜਾਂਦੇ ਨੇ ਇਹਦੀ ਜੇ ਜਨਰਲ ਬਣ ਕੇ ਬੈਠਦੇ ਨੇ ਓਪਨ ਦੇ ਵਿੱਚ ਤਾਂ ਇਹ ਹੋਏਗਾ ਕਿ ਇਹ ایਡਬਲਯੂਐਸ ਦਾ ਖਾਨਾ ਜਿਹੜਾ ਹਲੇ ਪੂਰਾ ਦਾ ਪੂਰਾ ਖਾਲੀ ਹੈ ਨਲੇ ਤਾਂ ਪੁਰਦਾਸੀਆਂ ਨੇ ਇੱਥੇ ਭਰਨੇ ਨੇ ਆਹ ਪੰਜ ਤਾਂ ਚਲੇ ਗਏ ਤਾਂ ਫਿਰ ਅਗਲੇ ਜਿਹੜੇ ਆਹ 5 10 ਜਿਹੜੇ ਆ ਉਹ ਕੰਸੀਡਰ ਕਿਤੇ ਜਾਣਗੇ 4 ایਡਬਲਯੂਐਸ ਤਾਂ ਆ 10 ਕੰਸੀਡਰ ਕੀਤੇ ਜਾਣਗੇ ਉਹਨਾਂ ਨਾਲ ਆ 15 ਪੰਜ ਜਾਨਿਆਂ ਨੂੰ ਹੋਰ ਜਿਹੜਾ ਉਹ ਫਾਇਦਾ ਹੋ ਜਾਏਗਾ ਤੁਹਾਨੂੰ ਚੀਜ਼ ਕਲੀਅਰ ਹੋ ਗਈ ਹੋਏਗੀ ਕਿ ਆ ਪੰਜ ਜਾਨੇ ਅਗਰ ਐਜ਼ਾ ਜਨਰਲ ਜਨ ਬਣ ਕੇ ਇਸ ਡੱਬੇ ਦੇ ਵਿੱਚ ਬੈਠਦੇ ਨੇ ਇਸ ਖਾਨੇ 'ਚ ਬੈਠਦੇ ਨੇ ਤਾਂ ਇਹ ਪੰਜ ਜਿਹੜੇ ਹੈਗੇ ਨੇ ਇਹ ਤਾਂ ਇਧਰ ਚਲੇਗੇ ਐਜ਼ਾ ਜਨਰਲ ਬਣ ਕੇ ਈਡਬਲਿਊ ਐਸ ਦਾ ਖਾਨਾ 10 ਸੀਟਾਂ ਬਲਾਉ ਹਲੇ ਵੀ ਜਿਹੜਾ ਉਹ ਖਾਲੀ ਪਿਆ ਸੋ ਅਗਲੇ 5 ਨੂੰ ਜਿਹੜਾ ਇੱਥੇ ਉਹ ਸਿਲੈਕਸ਼ਨ ਦੇ ਵਿੱਚ ਜਿਹੜਾ ਉਹ ਉਹ ਸਿਲੈਕਸ਼ਨ ਲਿਸਟ ਦੇ ਵਿੱਚ ਆ ਜਾਣਗੇ ਉਹਨਾਂ ਨੂੰ ਇੱਥੇ ਜੋਬ ਮਿਲ ਜਾਏਗੀ ਲੇਕਿਨ ਅਗਰ ਇਹ 5 ਜਾਨੇ ਇੱਥੇ ਐਜ਼ ਅ ایਡਬਲਯੂਐਸ ਬਣ ਕੇ ਬੈਠਦੇ ਨੇ ਅਗਰ ਉਹ ਐਜ਼ ਅ ਜਨਰਲ ਬਣ ਕੇ ਨਹੀਂ ਬੈਠਦੇ ਐਜ਼ ਅ ایਡਬਲਯੂਐਸ ਬਣ ਕੇ ਇੱਥੇ ਜਾਂਦੇ ਨੇ ਤਾਂ ਕੀ ਕਿਹਾ ਜਾਏਗਾ ਕਿ ایਡਬਲਯੂਐਸ ਦੇ 5 ਜਾਨੇ ਤਾਂ ਇੱਥੇ ਭਰੇ ਗਏ 5 ਨੂੰ ਬਸ ਹੋਰ ਭਰ ਲਓ ਕਿਉਂਕਿ ਭਰਨੇ ਟੋਟਲ 10 ਨੇ 5 ਨੂੰ ਹੋਰ ਭਰ ਲਓ ਤਾਂ ਸਿਰਫ ਆਹੀ 10 ਭਰੇਗੇ ਫਿਰ ਆਹ ਨਹੀਂ ਭਰੇ ਜਾਣਗੇ ਤਾਂ ਸਿਰਫ ਆਹੀ 10 ਭਰੇ ਜਾਣਗੇ ਆਹ ਵਾਲੇ ਇਟ ਇਜ਼ ਜਿਹੜੇ ਹੈ ਤਾਂ ਕਲੀਅਰ ਕਰੋ ਕਿ ਫਿਰ ਅਗਰੇ ای ڈبلیو ایس ਵਾਲੇ ਬਣ ਕੇ ਬੈਠਦੇ ہیں اس اوپن ਦੇ ਵਿੱਚ ਤਾਂ ਪੰਜ ਉਹ ਪੰਜ ਹੀ ٹوٹل ਜਿਹੜੀਆਂ ਉਹ 10 ਭਰੇ ਗਏ। ਇਹਦੇ ਵਿੱਚ ਤੁਸੀਂ ਦੇਖੋ ਕਿ ਅਗਰ ਉਹ اوپن ਦੇ ਵਿੱਚ ਐਜ਼ ਆ ای ڈبلیو ایس ਬਣ ਕੇ ਬੈਠਦੇ ਨਹੀਂ ਤਾਂ ਉਹ ਤਾਂ اوپن ਦੇ ਵਿੱਚ چلے ਗਏ। ਇਸ ਖਾਨੇ ਦੇ ਵਿੱਚ ਆਪਣੀ ਕੈਟਾਗਰੀ ਦੇ ਵਿੱਚ ਦੇਖੋ ਕੌਣ ਭਰਿਆ ਗਿਆ ਤਾਂ ਸਿਰਫ ਆਹੀ ਪੰਜ ਕੈਂਡੀਡੇਟ ਆਪਣੀ ਕੈਟਾਗਰੀ ਦੇ ਵਿੱਚ ਭਰੇਗੇ। ਐਜ਼ ਆ ای ڈبلیو ایس ਆ ਪੰਜ ਜਾਨੇ। ਅਗਰ ਕੈਟਾਗਰੀ ਵਾਲੇ ਡੱਬੇ ਦੇ ਵਿੱਚ ਦੇਖੋ ਤਾਂ ਸਿਰਫ ਪੰਜ ਜਾਨੇ ਹੀ ਇੱਥੇ ਭਰੇ ਗਏ ਨੇ, ਪੰਜ ਸੀਟਾਂ ਹੀ ਇੱਥੇ ਭਰੀਆਂ ਗਈਆਂ ਨੇ ਕਿਉਂਕਿ ਉਹ ਪੰਜ ਜਾਨੇ ਤਾਂ ਉੱਠ ਕੇ اوپن چ چلے گئے ਐਜ਼ ਆ ای ڈ ਲੇਕਿਨ ਕਿਉਂਕਿ EWS ਕੁਝ ਇਸ ਤਰ੍ਹਾਂ ਦਾ ਹੈ ਕਿ ਇਹਦੇ ਵਿੱਚ ਟੋਟਲ 10 ਹੀ ਸੀਟਾਂ ਭਰਨੀਆਂ ਨੇ ਪੰਜ ਇੱਥੇ ਭਰੇਗੀਆਂ ਪੰਜ ਇੱਥੇ ਤਾਂ ਇਸ ਖਾਨੇ ਦੀਆਂ ਜਿਹੜੀਆਂ ਪੰਜ ਸੀਟਾਂ ਹੋਰ ਸੀਗੀਆਂ ਇਸ ਖਾਨੇ ਦੀਆਂ ਆਪਣੀਆਂ ਪੰਜ ਸੀਟਾਂ ਜਿਹੜੀਆਂ ਹੋਰ ਸੀ ਕੈਟੇਗਰੀਆਂ ਉਹ ਖਾਲੀ ਰਹਿ ਜਾਣਗੀਆਂ ਤੇ ਉਹ ਹੋਣਗੀਆਂ ਫਿਰ ਡੀ ਰਿਜ਼ਰਵ ਕਿਉਂ ਚਾਹੇ ਕੈਂਡੀਡੇਟ ਹੋਰ ਖੜਾ ਹੈ ਪਿੱਛੇ ਸੀਟ ਤੇ ਲੱਗਣ ਲਈ ਲੇਕਿਨ ਉਹ ਭਰਨੀਆਂ ਨਹੀਂ ਹੈਗੀਆਂ ਉਹ ਸੀਟ ਨਹੀਂ ਲੈਣੀ ਮਤਲਬ ਆਪਣਾ ਰੂਲ ਇਦਾਂ ਦਾ ਹੈ ਕਿ ਉਹ ਪੰਜ ਸੀਟਾਂ ਜਿਹੜੀਆਂ ਨੇ ਉਹ ਫਿਰ ਖਾਲੀ ਰਹਿ ਜਾਣਗੀਆਂ ਚਾਹੇ ਕੈਂਡੀਡੇਟਸ ਹੋਰ ਕਿੰਨੇ ਵੀ ਹੋਣ ਉਹ ਸੀਟਾਂ ਭਰਨੀਆਂ ਹੀ ਨਹੀਂ ਹੈਗੀਆਂ ਤੇ ਜਦੋਂ ਉਹ ਪੰਜ ਸੀਟਾਂ ਖਾਲੀ ਰਹਿਣਗੀਆਂ ਤਾਂ ਫਿਰ ਉਹ ਜਿਹੜੀਆਂ ਨੇ ਡੀ ਰਿਜ਼ਰਵ ਹੋਣਗੀਆਂ ਡੀ ਰਿਜ਼ਰਵ ਦਾ ਮੁੱਦਾ ਇਹ ਹੀ ਹੈਗਾ ਅਗਰ ਤੁਹਾਨੂੰ ਐਜ਼ ਅ ਜਨਰਲ ਮਿਲਦੀ ਹੈ ਪੰਜਾਂ ਨੇ ਦਾ ਹੋਰ ਭਲਾ ਹੋ ਜੂਗਾ ਲੇਕਿਨ ਅਗਰ ਤੁਹਾਨੂੰ ਐਜ਼ ਅ ਕੈਟੇਗਰੀ ਦੇ ਵਿੱਚ ਬਣ ਕੇ ਬੈਠਦੇ ਹੋ ਤੁਸੀਂ ਤਾਂ ਫਿਰ ਜਿਹੜੇ ਆ ਉਹ ਪੰਜ ਸੀਟਾਂ ਜਿਹੜੀਆਂ ਇੱਥੇ ਖਾਲੀ ਰਹਿ ਜਾਣਗੀਆਂ ਤੇ ਉਹ ਡੀ ਰਿਜ਼ਰਵ ਹੋਣਗੀਆਂ ਇਹ ਜਿਹੜੀ ਚੀਜ਼ ਤੁਸੀਂ ਕਰਨੀ ਹੈ ਕਿ ਤੁਸੀਂ ਜਰਨਲ ਦੇ ਵਿੱਚ ਹੀ ਅਪਲਾਈ ਕਰਨਾ ਹੈ ਉਹੀ ਕੈਂਡੀਡੇਟਸ ਕਰਨਗੇ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਦੋ ਫਾਈਲਾਂ ਤਿਆਰ ਕੀਤੀਆਂ ਨੇ ਜਰਨਲ ਕੈਟੇਗਰੀ ਵੀ ਫਿਲ ਕੀਤੀ ਹੈ ਤੇ ای ڈਬਲਯੂ ਐਸ ਕੈਟੇਗਰੀ ਵੀ ਫਿਲ ਕੀਤੀ ਹੈ ਜਿਨ੍ਹਾਂ ਨੇ ਕਿਤੇ ਵੀ ਕਾ ਕੈਟੇਗਰੀ ਹੈ ਇਕੱਲੀ ای ڈਬਲਯੂ ਐਸ ਉਹ ਨਹੀਂ ਕਰ ਸਕਦੇ ਇਹ ਉਹ ਜਰਨਲ ਦੇ ਵਿੱਚ ਨਹੀਂ ਜਾਣਗੇ ਜਿਨ੍ਹਾਂ ਨੇ ਜਰਨਲ ਕੈਟੇਗਰੀ ਫਿਲ ਕੀਤੀ ਹੈ ਉਹ ਜਰਨਲ ਦੇ ਵਿੱਚ ਇਸ ਤਰ੍ਹਾਂ ਆਪਣੀ ਤਾਂ ਆਈ ਥਿੰਕ ਜਿੰਨੀ ਵੀ ਗੱਲ ਸੀਗੀ ਉਹ ਤੁਹਾਨੂੰ ਕਲੀਅਰ ਹੋ ਗਈ ਹੋਏਗੀ ਅਗਰ ਐਜ਼ ਆ ਜਨਰਲ ਜਾਣਦੇ ਹੋ ਤਾਂ ਆ ਖਾਨਾ ਖਾਲੀ ਸਮਝਿਆ ਜਾਏਗਾ ਪੰਜ ਜਾਨੇ ਹੋਰ ਆ ਜਾਣਗੇ ਲੇਕਿਨ ਐਜ਼ ਆ ਅਗਰ ਤੁਸੀਂ ای ڈبلیو ایس ਜਾਣਦੇ ਹੋ ਤਾਂ ਇਥੋਂ ਪੰਜ ਚਿੱਟਾ ਖਾਲੀ ਰਹਿ ਜਾਣਗੀਆਂ ਤੇ ਉਹ ਫਿਰ ਡੀ ਰਿਜ਼ਰਵ ਹੋਣਗੀਆਂ ਇਹ ਸਾਰੀ ਕਹਾਣੀ ਹੈਗੀ ਇਹਦੇ ਵਿੱਚ ਸੇ ਲਈ ਜਿਹੜਾ ਕੈਦ ਹੁੰਦਾ ਹੈ ਕਿ ਕਿ ਅਗਰ ਤੁਹਾਡਾ ਫੋਰ ਸ਼ੋਰ ਹੈ ਕਿ ਤੁਹਾਡੀ ਸਿਲੇਕਸ਼ਨ ਜਿਹੜੀ ਹੈ ਸਕਰੂਟੀ ਨਹੀਂ ਸਿਲੇਕਸ਼ਨ ਜਿਹੜੀ ਹੈ ਓਪਨ ਦੇ ਵਿੱਚ ਹੋ ਰਹੀ ਹੈ ਤੁਹਾਡੇ ਮਾਰਕਸ ਇੰਨੇ ਆ ਕਿ ਓਪਨ ਦੀ ਫਰਸਟ ਲਿਸਟ ਜਾਂ ਸੈਕਿੰਡ ਲਿਸਟ ਦੇ ਵਿੱਚ ਜਦੋਂ ਵੀ ਹੈ ਓਪਨ ਦੇ ਵਿੱਚ ਤੁਹਾਡੀ ਸੀਟ ਆ ਗਈ ਹੈ ਤਾਂ ਤੁਸੀਂ ਆਫਰ ਲੈਟਰ ਲੈਣ ਜਾ ਰਹੇ ਹੋ ਉੱਥੇ ਤੁਹਾਨੂੰ ਦੱਸਣਾ ਪਏਗਾ ਕਿ ਅਸੀਂ ਜਰਨਲਲੀ ਜਰਨਲ ਦੀ ਸੀਟ ਲੈਣੀ ਹੈ ਜਾਂ ਈਡਬਲਯੂਐਸਡੀ ਸੀਟ ਲੈਣੀ ਹੈ ਆਫਰ ਲੈਟਰ ਲੈਂਦੇ ਸਮੇਂ 셀ਫ ਡੈਕਲੇਰੇਸ਼ਨ ਫਾਰਮ ਫਿਲ ਕਰਨਾ ਹੁੰਦਾ ਹੈ ਅਗਰ ਤੁਹਾਡੀ ਸਿਲੇਕਸ਼ਨ ਹੋ ਗਈ ਹੈ ਓਪਨ ਦੇ ਵਿੱਚ ਤਾਂ ਫਿਰ ਤੁਸੀਂ ਜਰਨਲ ਹੀ ਸਿਲੈਕਟ ਕਰਨਾ ਔਰ ਜਨਰਲ ਬਣ ਕੇ ਜਾਓਗੇ ਤਾਂ ਪੰਜ ਨੇ ਹੋਰ ਹੀ ਡਬਲਯੂਐਸ ਦੇ ਵਿੱਚ ਆ ਜਾਣਗੇ ਜਿਨ੍ਹਾਂ ਨੇ ਕੱਲਾ ਹੀ ਡਬਲਯੂਐਸ ਦਾ ਫਾਰਮ ਫਿਲ ਕੀਤਾ ਉਹਨੇ ਦੋਨੇ ਫਾਰਮ ਫਿਲ ਕੀਤੇ ਹੀ ਨਹੀਂ ਤਾਂ ਫਿਰ ਉਹ ਤਾਂ ਫਿਰ ਈਡਬਲਯੂਐਸ ਹੀ ਕੰਸੀਡਰ ਹੋਏਗਾ ਉਹ ਤਾਂ ਜਨਰਲ ਕੰਸੀਡਰ ਨਹੀਂ ਹੋਏਗਾ ਸੋ ਇਸ ਵਿੱਚ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਾਂ ਜਿਹੜੇ ਵੀ ਕੈਂਡੀਡੇਟਸ ਜਨਰਲ ਦੇ ਵਿੱਚ ਜਾਂਦੇ ਆਂ ਜੀ ਉਹਨਾਂ ਨੂੰ ਜਨਰਲ ਦੇ ਜਿੰਨੀਆਂ ਵੀ ਕੰਡੀਸ਼ਨਸ ਹੁੰਦੀਆਂ ਨੇ ਉਹ ਪੂਰੀਆਂ ਕਰਨੀਆਂ ਪੈਂਦੀਆਂ ਨੇ ਅਗਰ ਤੁਸੀਂ ਜਨਰਲ ਦੇ ਵਿੱਚ ਐਜ਼ ਅ ਜਨਰਲ ਜਾ ਰਹੇ ਹੋ ਤਾਂ ਜਿੰਨੀ ਵੀ ਏਜ ਰੈਲੈਕਸੇਸ਼ਨ ਦੀਆਂ ਕੰਡੀਸ਼ਨਸ ਐ ਜਾਂ ਪੀਐਸਟੈਟ ਦੇ ਵਿੱਚੋਂ ਮਿਨਿਮਮ ਮਾਰਕਸ ਦੀ ਕੰਡੀਸ਼ਨਸ ਆ ਉਹ ਤੁਹਾਨੂੰ ਪੂਰੀਆਂ ਕਰਨੀਆਂ ਪੈਣਗੀਆਂ ਈਡਬਲਯੂਐਸ ਦਾ ਇਹ ਜਿਹੜਾ ਪੂਰਾ ਮੁੱਦਾ ਹੈਗਾ ਜਿੰਨਾ ਕ ਮੈਨੂੰ ਸਮਝ ਆਇਆ ਆਪਣੀ ਅਕੋਰਡਿੰਗ ਤੁਹਾਨੂੰ ਈਜ਼ੀ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜੇ ਕਿਤੇ ਕੋਈ ਮਿਸਟੇਕ ਹੋ ਗਈ ਹੋਵੇ ਜਾਂ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਆਪਾਂ ਪਹਿਲੇ ਹੀ ਮਾਫੀ ਮੰਗ ਵੀ ਕਿਹਾ ਸੀ ਜੀ ਸੈਕੰਡ ਲਿਸਟ ਜ਼ਰੂਰ ਆਏਗੀ ਮੈਰਿਟ ਜਿਹੜੀ ਹਲੇ ਡਾਊਨ ਜਾਏਗੀ ਓਪਨ ਦੀ ਜਿਹੜੀ ਮੈਰਿਟ ਆ ਉਹ ਡਾਊਨ ਜਾਏਗੀ ਕਿਉਂਕਿ ਇੱਕ ਤਾਂ ਉਹਦੇ ਵਿੱਚ ਬੀਆਰ ਵਾਲੇ ਕੈਂਡੀਡੇਟਸ ਐ बीआर ਵਾਲੀ ਕੈਂਡੀਡੇਟਸ ਨੂੰ ਪੇਪਰ ਦੇ ਵਿੱਚ ਬੈਠਣਾ ਅਲੋ ਨਹੀਂ ਕੀਤਾ ਸੀ ਸੋ ਅਗਰ ਬੀਆਰ ਵਾਲੇ ਕੈਂਡੀਡੇਟਸ ਜਿਹੜੇ ਆ ਉਹ ਕੱਟਆਫ ਦੇ ਵਿੱਚੋਂ ਬਾਹਰ ਹੁੰਦੇ ਆ ਤਾਂ ਜਿਹੜੇ ਆ ਮੈਰਿਟ ਜਿਹੜੀ ਡਾਊਨ ਜਾਏਗੀ ਜਾਏਗੀ ਬਾਕੀ ਹੋਰ ਵੀ ਬਹੁਤ سارے ਪੁਆਇੰਟਸ ਹੁੰਦੇ ਆ ਜਿਹਦੇ ਕਰਕੇ ਕੱਟਆਫ ਜਿਹੜੀ ਡਾਊਨ ਜਾਂਦੀ ਹੈ ਜਿਵੇਂ ਤੁਹਾਨੂੰ ਮੈਂ ਦੱਸ ਦਵਾਂ ਜਿਨ੍ਹਾਂ ਦੀ ਬੀ ਗ੍ਰੈਜੂਏਸ਼ਨ ਹੈਗੀ ਹੈ ਇਹ ਵੀ ਕਾਫੀ ਇੰਪੋਰਟੈਂਟ ਪੁਆਇੰਟ ਹੈ ਜਿਨ੍ਹਾਂ ਦੀ ਗ੍ਰੈਜੂਏਸ਼ਨ ਅਪਲਾਈ ਕਰਨ ਦੀ ਲਾਸਟ ਡੇਟ ਤੋਂ ਪਹਿਲਾਂ ਦੀ ਡਿਗਰੀ ਕੰਪਲੀਟ ਹੁੰਦੀ ਹੈ ਉਸੇ ਦੀ ਡਿਗਰੀ ਮੰਨੀ ਜਾਂਦੀ ਹੈ ਤੁਹਾਨੂੰ ਪਤਾ ਹੀ ਗਿਆ ਜੀ ਬੀਆਰ ਵਾਲੇ ਕੈਂਡੀਡੇਟਸ ਜ ਲੇਕਿਨ ਅਗਰ ਬੀਐਡ ਵਾਲੇ ਕੈਂਡੀਡੇਟਸ ਮੰਨ ਲਓ ਭਰਤੀ ਦੇ ਵਿੱਚ ਅਲੋਕ ਕਿਤੇ ਵੀ ਜਾਂਦੇ ਨੇ ਤਾਂ ਦਾ ਫਿਰ ਇਹ ਐਗਜ਼ਾਮ ਹੀ ਜਿਹੜਾ ਦੁਬਾਰਾ ਹੋਏਗਾ ਕਿਉਂਕਿ ਰਿਟਨ ਦੇ ਵਿੱਚ ਕੋਰਟ ਨੇ ਉਹਨਾਂ ਨੂੰ ਪੇਪਰ ਦੇ ਵਿੱਚ ਬੈਠਣ ਤੋਂ ਮਨਾ ਕੀਤਾ ਸੀ ਸੋ ਅਗਰ ਕੋਰਟ ਜਿਹੜਾ ਉਸ ਨੂੰ ਅਲੋਕ ਕਰਦਾ ਹੈ ਤਾਂ ਫਿਰ ਐਗਜ਼ਾਮ ਜਿਹੜਾ ਦੁਬਾਰਾ ਹੋਏਗਾ ਇਸ ਤਰ੍ਹਾਂ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਕਿ 2500 ਤੱਕ ਦੀ ਪੋਸਟਾਂ ਦੇ 2500 ਤੱਕ ਦੀ ਜਿਹੜੀ ਕੈਂਡੀਡੇਟਸ ਆ ਉਹਦੇ ਵਿੱਚ ਤਕਰੀਬਨ ਤਕਰੀਬਨ 1100 ਜਿਹੜਾ ਕੈਂਡੀਡੇਟਸ ਆ ਉਹ ਬੀਆਰ ਦਾ ਕੈਂਡੀਡੇਟਸ ਹੈਗਾ ਇਹਦੇ ਵਿੱਚ ਕਿਉਂਕਿ ਇਸ ਨੂੰ ਲੈ ਕੇ ਵੀ ਕੁਐਸਚਨ ਕਾਫੀ ਆ ਰਹੇ ਹੁੰਦੇ ਨੇ 2500 ਤੱਕ ਦੇ ਵਿੱਚ ਅਗਰ ਆਪਾਂ 1100 ਅਪਰੋਕਸ ਜਿਹੜਾ ਆਪਾਂ ਲਗਾਈਏ ਅਗਰ ਬੀਐਡ ਦਾ ਕੈਂਡੀਡੇਟਸ ਮੰਨਿਆ ਜਾਂਦਾ ਹੈ ਤਾਂ ਜਿਹੜੀ ਇਹਦੀ ਕੱਟ-ਆਫ ਹੈਗੀ ਆ ਉਹ 5k ਤੱਕ ਜਿਹੜੀ ਇਹ ਨੀਚੇ ਜਾ ਸਕਦੀ ਹੈ ਕਿਉਂਕਿ 1100 ਕੈਂਡੀਡੇਟ ਆਪਾਂ ਨੀਚੇ ਲਵਾਂਗੇ ਉਹਦੇ ਵਿੱਚ ਵੀ ਕੁਝ ਹੋਰ BEd ਵਾਲੇ ਕੈਂਡੀਡੇਟਸ ਹੋਣਗੇ ਸੋ ਇਸ ਤਰ੍ਹਾਂ ਕਰਕੇ 5k ਤੱਕ ਜਿਹੜੀ ਆ ਉਹ ਜਿਹੜੀ ਲਿਸਟ ਆ ਉਹ ਜਾ ਸਕਦੀ ਹੈ 5000 ਕੈਂਡੀਡੇਟ ਤੱਕ ਲਿਸਟ ਜਾ ਸਕਦੀ ਹੈ ਸੋ ਅਗਰ ਆਪਾਂ ਕੱਟ-ਆਫ ਦੀ ਗੱਲ ਕਰ ਲਈ ਤਾਂ 5960 ਨੰਬਰਾਂ ਤੱਕ ਜਿਹੜੀ ਇਹਦੀ ਕੱਟ-ਆਫ ਜਾ ਸਕਦੀ ਹੈ ਓਪਨ ਦੀ ਕਿਉਂਕਿ ਕੁਝ ਬਾਅਦ ਦੇ ਵਿੱਚ ਜਿਹੜੀਆਂ ਨੇ ਅਗਰ ਪੋਸਟਾਂ ਖਾਲੀ ਰਹਿੰਦੀਆਂ ਨੇ ਤਾਂ ਡੀ ਰਿਜ਼ਰਵ ਹੋ ਕੇ ਵੀ ਆਉਂਦੀਆਂ ਨੇ ਸੋ 59 ਤੱਕ ਜਿਹੜੀ ਹੈ ਇਹਦੀ ਜਿਹੜੀ ਕ ਜਿਸ ਤਰ੍ਹਾਂ ਇੱਕ ਨਾਲ ਹੁਣ ਤੱਕ ਦੀ ਇਨਫੋਰਮੇਸ਼ਨ ਮਿਲੀ ਹੈ ਬਾਕੀ ਜਿਵੇਂ ਸੈਕੰਡ ਲਿਸਟ ਆਊਟ ਹੁੰਦੀ ਹੈ ਉਹਦੇ ਵਿੱਚ ਕਿੰਨੇ ਬੀਐਡ ਵਾਲੇ ਹੁੰਦੇ ਆ ਜਾਂ ਆਊਟ ਹੁੰਦੇ ਆ ਸੋਵੇਂ ਜਿਹੜੀ ਹੈ ਉਹ ਲਿਸਟ ਆਪਾਂ ਨੂੰ ਪਤਾ ਚਲਦੀ ਜਾਣਗੀਆਂ ਫਿਲਹਾਲ ਦੀ ਜਿਹਨੀ ਇਨਫੋਰਮੇਸ਼ਨ ਆ ਉਹਦੇ ਮੁਤਾਬਿਕ 59 60 ਤੱਕ ਜਿਹੜੀ ਹੈ ਇਹਦੀ ਕੱਟਆਫ ਜਿਹੜੀ ਆ ਉਹ ਜਾ ਸਕਦੀ ਹੈ ਡਬਲਿਊਜ਼ ਦਾ ਮੁੱਦਾ اور ਕੱਟਆਫ ਦਾ ਮੁੱਦਾ ਆਇਆ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਤੇ ਫਿਰ ਵੀ ਕਿਸੇ ਦਾ ਕੋਈ ਡਾਊਟ ਹੈ ਜਾਂ ਕੋਈ ਗੱਲ ਹੈ ਜਾਂ ਕੋਈ ਪ੍ਰੋਬਲਮ ਹੈ ਜਾਂ ਕੋਈ ਕਰੈਕਸ਼ਨ ਹੈ ਕੋਈ ਸੁਜੈਸ਼ਨ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ ਜੇ ਵੀਡੀਓ ਵਧੀ ਪਹਿਲਾ ਕਿ ਨੂੰ ਜ਼ਰੂਰ ਪ्रेस ਕਰ ਲੈਣਾ ਪਰ ਕਈ ਵਾਰ ਤੋ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਂਦੀ ਤਾਂ Telegram ਚੈਨਲ ਨੂੰ ਜ਼ਰੂਰ ਜੁਆਇਨ ਕਰੋ ਉਸਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ ਥੈਂਕ ਯੂ